जाणांगे कि ये जो विवाद ने उन्होंने लैके वो की कहिंदे ने। पहली गल तां स्वागत है तुहाडा स्क्रोल पंजाब। वाहिगुरु जी का खालसा, वाहिगुरु जी की फतेह। पहला सवाल मेरा ये होएगा कि वारिस पंजाब दी जथेबंदी ही क्यों नहीं? देखो ये तो जथेबंदी जिहड़ी असीं शुरू की थी भाई दीप दे नाल काम किया उच्च ही शामिल होना सी, होर किसी कितना भर्ती हो जाते। सो ये तो कुदरती है भी जिते आप काम करते हुई है। हम जो मैं तुम्हें पूछा तुम स्क्रॉल चैनल ही क्यों चुने, होर क्यों नहीं चुने? सो ये सवाल जोड़ा वा ये भी महाराज ने जिते रखना उत्थे रखना होंगे। तो दीप सिद्धू होरी से उन्होंने किसानी अंदोलन वेले नौजवानों एक अलग सेध दी, तुम आए हो तो तुम नौजवानों एक होर अलग सेध दी। नौजवान कई मुसलमान भी अमृत छक रहे हैं, कई नशे छड़ के तुहाडे नाल जुड़ रहे हैं। तुहानूं की लगता कि आने वाले समय के जो तुम नींह रख रहे हो कितनी मजबूत हो सकती है? नहीं देखो, मार सच्चे पातशाह ने कृपा करनी है, मैं कोई दावा नहीं कर सकता भी आने वाले समय की होना है। पर फिर भी जो नौजवान नशे छड के सिखी वल जुड़ते हैं तो नौजवान जिहड़ा वा वह कौम के हकों लई जागरूक होंगे ने, ये बड़ी गुरु सच्चे पातशाह की कृपा हो रही है। तो ना ये कोई मेरा योगदान है, गुरु साहब आप कृपा करके करा रहे हैं। ये उम्मीद सारे रखनी चाहिए भी नौजवान सीधे राह तुरन, ये कोई क्रिटिसिजम वाला मसला तो है नहीं। ਜਿਵੇਂ ਪਹਿਲਾਂ ਨੌਜਵਾਨ ਹੁੰਦਾ ਸੀ ਪੈਂਟ ਸ਼ਰਟ ਪਾਉਂਦਾ ਸੀ, ਨੌਕਰੀ ਕਰਦਾ ਸੀ, ਟਰਾਲਾ ਚਲਾਉਂਦਾ ਸੀ, ਅਤੇ ਅੱਜ ਬਾਣੇ ਦੇ ਵਿੱਚ ਨਜ਼ਰ ਆਉਂਦੇ ਨੇ, ਅਤੇ ਤੁਹਾਨੂੰ ਸੰਤ ਭਿੰਡਰਾਂ ਵਾਲੇ ਹੋਰਾਂ ਨਾਲ ਲੋਕ ਦੇਖ ਕੇ ਕਰ ਰਹੇ ਨੇ, ਤੁਹਾਨੂੰ ਉਸੇ ਰੂਪ ਦੇ ਵਿੱਚ ਦੇਖ ਰਹੇ ਨੇ, ਤੁਹਾਨੂੰ ਕੀ ਲੱਗਦਾ ਤੁਸੀਂ ਆਪਣੇ ਆਪ ਨੂੰ ਉਸ ਤਰੀਕੇ ਨਾਲ ਜਸਟੀਫਾਈ ਕਰਦੇ ਹੋ? ਦੇਖੋ ਮੈਂ ਤਾਂ ਆਪਣੀ ਜਿਹੜਾ ਹੱਲ ਮੁੜਿਆ, ਮੇਰਾ ਸਵਾਲ ਇਹ ਹੈ ਵੀ ਜਿਹੜੇ ਅੱਜ ਵੀ ਪੈਂਟ ਸ਼ਰਟਾਂ ਪਾ ਰਹੇ ਨੇ ਮੈਨੂੰ ਇਤਰਾਜ ਨਹੀਂ ਕੋਈ, ਉਹ ਆਪਣੀ ਜੜ੍ਹਾਂ ਤੋਂ ਦੂਰ ਨੇ, ਸਾਡਾ ਪਹਿਰਾਵਾ ਜਿਹੜਾ ਮੈਂ ਉਹ ਪਾਇਆ। ਸੋ ਸਾਨੂੰ ਆਪਣਾ ਪਹਿਰਾਵਾ ਪਾਉਣ 'ਤੇ ਸਵਾਲ ਨਹੀਂ ਕਰਨੇ ਚਾਹੀਦੇ ਕਿਸੇ ਨੂੰ। ਹਾਂ ਜੇ ਮੈਂ ਕਿਸੇ ਹੋਰ ਦਾ ਪਹਿਰਾਵਾ ਪਾ ਲੈਂਦਾ, ਜੇ ਮੈਂ ਪੈਂਟ ਕੋਟ ਪਾ ਕੇ ਤੁਰਿਆ, ਫਿਰ ਤਾਂ ਸਵਾਲ ਫਿਰ ਮੈਨੂੰ ਹੋਣਾ ਚਾਹੀਦਾ ਸੀ। ਸਵਾਲ ਮੈਨੂੰ ਹੁਣ ਹੋ ਰਿਹਾ ਕਿਉਂਕਿ ਮੈਂ ਆਪਣਾ ਪਹਿਰਾਵਾ ਪਾ ਲਿਆ। ਸੋ ਇਹ ਉਹ ਲੋਕ ਸਵਾਲ ਕਰ ਰਹੇ ਨੇ ਜਿਹੜੇ ਆਪਣੇ ਵਿਰਸੇ ਤੋਂ ਬਹੁਤ ਦੂਰ ਚੱਲ ਗਏ, ਆਪਣੇ ਸੱਭਿਆਚਾਰ ਤੋਂ ਧਰਮ ਤੋਂ ਦੂਰ ਚੱਲ ਗਏ। ਉਹਨਾਂ ਨੂੰ ਹੈਰਾਨੀ ਦੀ ਗੱਲ ਹੈ, ਗੁਲਾਮੀ ਦੀ ਇਹ ਇੰਤਹਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਬਾਣਾ ਪਾਉਣ ਅਤੇ ਸਿੱਖ ਬਾਣਾ ਪਾਉਣ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ, ਨਹੀਂ ਹੋਣੇ ਚਾਹੀਦੇ। ਅਤੇ ਤੁਹਾਨੂੰ ਕਹਿੰਦੇ ਨੇ ਤੁਹਾਡੇ ਜੋ ਬਿਆਨ ਆਉਂਦੇ ਨੇ ਕਹਿੰਦੇ ਨੇ ਕਿ ਲੋਕਾਂ ਨੂੰ ਭੜਕਾ ਰਹੇ ਹੋ, ਨੌਜਵਾਨਾਂ ਨੂੰ ਭੜਕਾ ਰਹੇ ਹੋ, ਅਤੇ ਤੁਹਾਨੂੰ ਕੀ ਲੱਗਦਾ ਅਜਿਹਾ ਜਿਵੇਂ ਹਿੰਦੁਸਤਾਨ ਪਾਕਿਸਤਾਨ ਦੋਵੇਂ ਅਲੱਗ ਹੋਏ ਧਰਮ ਦੇ ਆਧਾਰ 'ਤੇ, ਤੁਹਾਨੂੰ ਲੱਗਦਾ ਹੁਣ ਖਾਲਿਸਤਾਨ ਦੇ ਵਿੱਚ ਹਿੰਦੂਆਂ ਨੂੰ ਜਗ੍ਹਾ ਮਿਲੇਗੀ, ਮੁਸਲਮਾਨਾਂ ਨੂੰ ਜਗ੍ਹਾ ਮਿਲੇਗੀ ਜੇ ਖਾਲਿਸਤਾਨ ਬਣਦਾ? ਦੇਖੋ ਜਗ੍ਹਾ ਕਿਉਂ ਨਹੀਂ ਮਿਲਣੀ, ਜਿਹੜੇ ਪੰਜਾਬੀ ਨੇ ਉਹਨਾਂ ਨੂੰ ਜਗ੍ਹਾ ਮਿਲਣੀ ਮਿਲਣੀ। ਖਾਲਸੇ ਦਾ ਰਾਜ ਪਹਿਲਾਂ ਵੀ ਸੀ, ਸਾਰਿਆਂ ਨੂੰ ਜਗ੍ਹਾ ਮਿਲੀ, ਸਾਰੇ ਵਧੇ ਫੁੱਲੇ ਨੇ। ਸੋ ਇਹ ਮੈਨੂੰ ਨਹੀਂ ਸਮਝ ਆਉਂਦੀ ਵੀ ਗੁਰੂ ਦੇ ਹੁਕਮਾਂ 'ਚ ਰਾਜ ਕਰਨਾ ਹੈ ਅਤੇ ਗੁਰੂ ਤਾਂ ਸਾਰਿਆਂ ਨੂੰ ਜਗ੍ਹਾ ਦਿੰਦਾ, ਚਾਰ ਦਰਵਾਜ਼ੇ ਨੇ, ਚੌਂ ਵਰਨਾਂ ਨੂੰ ਸਾਂਝਾ, ਅਤੇ ਜਿਹੜਾ ਵੀ ਆਊਗਾ ਉਹਨੂੰ ਜਗ੍ਹਾ ਮਿਲੂਗੀ ਗੁਰੂ ਦੇ ਹੁਕਮਾਂ ਦੇ ਵਿੱਚ, ਹੈ ਨਾ। ਹਾਂ ਜੇ ਕੋਈ ਇਨਸਾਨੀਅਤ ਦਾ ਦੋਖੀ ਹੋਊਗਾ, ਕਿਸੇ ਮਨੁੱਖਤਾ ਦਾ ਘਾਣ ਕਰਨ ਵਾਲਾ ਮਨੁੱਖ ਹੈ, ਉਹਨੂੰ ਨਾ ਜਗ੍ਹਾ ਮਿਲੂਗੀ। ਬਾਕੀ ਤਾਂ ਜੋ ਖਾਲਸਾ ਰਾਜ ਪਹਿਲਾਂ ਚੱਲਿਆ ਉਹਦੀਆਂ ਆਪਾਂ ਤਰੀਫਾਂ ਕਰਦੇ ਹਾਂ, ਅਤੇ ਉਹ ਹੀ ਰਾਜ ਹੋਣਾ, ਉਹ ਰਾਜ ਵੱਖਰਾ ਥੋੜ੍ਹੀ ਕਰ ਲੈਣਾ ਸੀ। ਅਤੇ ਆਖਰੀ ਸਵਾਲ ਮੈਂ ਕਹਿਣਾ ਚਾਹੂੰਗੀ, ਕਿਉਂਕਿ ਨੌਜਵਾਨ ਕਾਫੀ ਜ਼ਿਆਦਾ ਹੁਣ ਤੁਹਾਡੇ ਰਾਹ 'ਤੇ ਚੱਲ ਰਹੇ ਨੇ, ਤੁਹਾਡੇ ਮਗਰ ਚੱਲ ਰਹੇ ਨੇ, ਤਾਂ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਸਾਰੇ ਕਹਿੰਦੇ ਨੇ ਕਿ ਤੁਸੀਂ ਭੜਕਾ ਰਹੇ ਹੋ, ਸਾਰੇ ਇਹ ਚੀਜ਼ ਵੱਲ ਜ਼ਿਆਦਾ ਜਾ ਰਹੇ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਖਾਲਸੇ ਸੱਜਣ ਨੂੰ ਲੈ ਕੇ ਅੱਜ ਇੱਕ ਖਰੜ 'ਚ ਵੀ ਤੁਹਾਡਾ ਬਿਆਨ ਸੀ, ਕੀ ਕਹਿਣਾ ਚਾਹੋਗੇ? ਦੇਖੋ ਜਿਹੜੇ ਕਹਿੰਦੇ ਨੇ ਵੀ ਅਸੀਂ ਭੜਕਾ ਰਹੇ ਹਾਂ, ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਵੀ ਚੰਗੀ ਗੱਲ ਹੈ, ਭੜਕ ਜਾਣਾ ਚਾਹੀਦਾ। ਜੇ ਕੋਈ ਬੰਦਾ ਸੁੱਤਾ ਪਿਆ ਹੋਵੇ ਅਤੇ ਉਹਦੇ ਹੱਕਾਂ 'ਤੇ ਡਾਕਾ ਪੈ ਰਿਹਾ ਹੋਵੇ ਅਤੇ ਉਹਨੂੰ ਉਠਾ ਕੇ ਭੜਕਾ ਦਈਏ, ਮਾੜੀ ਗੱਲ ਨਹੀਂ ਹੁੰਦੀ। ਨੌਜਵਾਨ ਜੇ ਨਸ਼ਾ ਛੱਡ ਕੇ ਨਸ਼ਾ ਛਡਾਉਣ ਨੂੰ ਭੜਕਾਉਣਾ ਕਹਿੰਦੇ ਨੇ ਅਤੇ ਫਿਰ ਭੜਕਣਾ ਮਾੜੀ ਗੱਲ ਨਹੀਂ। ਜੇ ਇਹ ਚਾਹੁੰਦੇ ਨੇ ਵੀ ਸਿੱਖ ਅੰਮ੍ਰਿਤ ਛਕਣ ਅਤੇ ਉਹ ਭੜਕਣ ਵਾਲੀ ਗੱਲ ਹੈ ਅਤੇ ਫਿਰ ਭੜਕਣਾ ਚਾਹੀਦਾ। ਸੋ ਇਹ ਤਾਂ ਹੈ ਵੀ ਜੇ ਇਹਨਾਂ ਨੇ ਸਾਡੇ ਨਾਲ ਟਰਮਨੋਲੋਜੀ ਦੀ ਵਾਰ ਖੇਡਣੀ ਹੈ ਤਾਂ ਫਿਰ ਸਾਨੂੰ ਇਹ ਜੋ ਕਹਿਣਗੇ ਅਸੀਂ ਕਹਿ ਦੇਣਾ ਵੀ ਠੀਕ ਹੈ ਜੀ। ਸੰਤਾਂ ਨੂੰ ਇੱਕ ਮੌਕੇ ਕਹਿੰਦੇ ਸੀ ਵੀ ਅੱਤਵਾਦੀ ਤਿਆਰ ਕਰ ਰਹੇ ਹਾਂ, ਉਹਨਾਂ ਅੱਤਵਾਦੀ ਦੀ ਐਕਸਪਲੇਨੇਸ਼ਨ ਦੇ ਤੇ ਵੀ ਇੱਦਾਂ ਦੇ ਤਿਆਰ ਕਰੀਦੇ ਆ। ਅਸੀਂ ਵੀ ਕਹਿੰਦੇ ਹਾਂ ਵੀ ਜੇ ਭੜਕਾਉਣ ਵਾਲੀ ਗੱਲ ਆ ਅਤੇ ਭੜਕਾਉਣਾ ਅਸੀਂ ਹੈਗਾ, ਇੱਦਾਂ ਦੇ ਨੌਜਵਾਨ ਤਿਆਰ ਕਰਨੇ ਆ ਅਤੇ ਇੱਦਾਂ ਉਹਨਾਂ ਨੂੰ ਭੜਕਾਉਣਾ। ਸੋ ਜੇ ਹਕੂਮਤ ਨੂੰ ਇਹ ਨਾ ਮਨਜ਼ੂਰ ਹੈ ਤਾਂ ਉਹ ਆਪਣੀ ਮਰਜ਼ੀ ਕਰੇ। ਅੱਜ ਤੁਸੀਂ ਖਰੜ ਪਹੁੰਚੇ ਸੀ ਅਤੇ ਉੱਥੇ ਸ਼ਿਵ ਸੈਨਾ ਵਾਲੇ ਆਏ ਸੀ, ਤੁਹਾਡੇ ਸਮਾਗਮ ਦੇ ਬਾਹਰ ਵਿਰੋਧ ਕੀਤਾ ਜਾ ਰਿਹਾ ਸੀਗਾ, ਸ਼ਿਵ ਸੈਨਾ ਵਾਲੇ ਪਹੁੰਚੇ ਸੀ, ਉਹਨਾਂ ਨੂੰ ਕੀ ਕਹੋਗੇ? ਨਹੀਂ ਮੈਂ ਤਾਂ ਪ੍ਰਸ਼ਾਸਨ ਨੂੰ ਕਿਹਾ ਵੀ ਅੰਦਰ ਭੇਜ ਦਿਓ ਉਹਨਾਂ ਨੂੰ, ਵੀ ਉਹ ਵੀ ਬਹਿ ਕੇ ਗੁਰੂ ਦੀ ਗੱਲ ਸੁਣ ਲੈਣ, ਬਾਣੀ ਸੁਣ ਲੈਣ, ਕੋਈ ਮੱਤ ਪਵੇ ਉਹਨਾਂ ਨੂੰ ਥੋੜ੍ਹੀ ਬਹੁਤੀ, ਉਹਨਾਂ ਦੇ ਖਾਨੇ 'ਚ ਕੋਈ ਗੱਲ ਪੈ ਜੇ, ਵੀ ਇਹ ਵਿਰੋਧ ਕਰਨਾ ਹੀ ਬਸ ਇੱਕ ਕੰਮ ਰਹਿ ਗਿਆ ਉਹਨਾਂ ਦੇ ਕੋਲ। ਸੋ ਆਪਾਂ ਇਹ ਗੱਲ ਸਮਝ ਲਈਏ ਵੀ ਜਿਹੜੀ ਰਾਜਨੀਤੀ ਹੈ ਪੰਜਾਬ ਦੇ ਵਿੱਚ, ਉਹਨਾਂ ਧਿਰਾਂ ਦਾ ਕੰਮ ਹੈ ਵੀ ਉਹਨਾਂ ਵਿਰੋਧ ਕਰਨਾ। ਹੋ ਸਕਦਾ ਵੀ ਕੋਈ ਨੌਜਵਾਨ ਉਹਨਾਂ ਦੇ ਡਾਂਗ ਫੇਰ ਦਿੰਦਾ, ਫਿਰ ਉਹਨਾਂ 'ਚ ਥਾਣੇ ਜਾਣਾ ਸੀ, ਉਸੇ ਜਿਹਨੂੰ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਉਹਨਾਂ ਕੋਲ ਸਿਕਿਉਰਿਟੀ ਮੰਗ ਲੈਣੀ ਸੀ। ਸੋ ਮੈਂ ਪ੍ਰਸ਼ਾਸਨ ਨੂੰ ਉੱਥੇ ਵੀ ਬੇਨਤੀ ਕੀਤੀ ਵੀ ਇੱਕ ਰਾਖਵਾਂ ਕੋਟਾ ਪੰਜਾਬ 'ਚ ਰੱਖਿਆ ਜਾਵੇ, ਉੱਥੇ ਇਹਨਾਂ ਦੀ ਸਿਕਿਉਰਿਟੀ ਵਾਸਤੇ ਸਪੈਸ਼ਲ ਫੋਰਸ ਬਣਾ ਦਿੱਤੀ ਜਾਵੇ ਵੀ ਉਹ ਸਿਕਿਉਰਿਟੀ ਕਰਨ ਇਹਨਾਂ ਦੀ, ਹੋਰ ਕੁਛ ਕਰਨ ਦੀ ਲੋੜ ਨਹੀਂ। ਗੁਰਸਿਮਰਨ ਮੰਡਪ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਬੋਲਦੇ ਨੇ, ਉਹਨਾਂ ਲਈ ਕੀ ਕਹੋਗੇ? ਨਹੀਂ ਉਹ ਤਾਂ ਤੁਸੀਂ ਆਪ ਮੀਡੀਆ ਵਾਲੇ ਇਕੱਠੇ ਹੋ ਗਏ, ਉਹਦਾ ਪਾਗਲਖਾਨੇ ਜਮ੍ਹਾਂ ਕਰਾ ਦਿਓ ਉਹਨੂੰ, ਮੈਂ ਉਹਨੂੰ ਕੀ ਕਹਿਣਾ।
हैं पैसे पूसे कट्ठे करो जो लोड़ पैंदी तो मैनू दस दिओ पर ये तुसी सेवा लुटो वो जाया ना करो वो बयान लै रही जो बाद चो लोगों को गाला खाँदा है फिर लोग कहते भी सिख गल्ला ही गाला नहीं करता की करनगे नौजवान उत्थे सो ये आ भी चलो ठीक है सानू कोई माड़ा चंगा नहीं बोलना चाहिए किसी पर वो मीडिया नू एक ना अपना स्टैंडर्ड मेनटेन करना चाहिए एवें हर एक दे अगे माइक मूँह ते कर देना तो वह बाद चो जी गल करते चंगी गल नहीं हैगी।